ਲੁਧਿਆਣਾ ਦੇ KIMT ਕਾਲਜ ਵਿੱਚ ਇੱਕ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਮਾਡਲਿੰਗ, ਡਾਂਸ, ਐਕਟਿੰਗ, ਕ੍ਰਾਫਟਿੰਗ ਅਤੇ ਹੋਰ ਪ੍ਰੋਗਰਾਮ ਪੇਸ਼ ਕੀਤੇ ਗਏ। ਬੱਚਿਆਂ ਨੂੰ ਪ੍ਰੇਰਿਤ ਕਰਨ ਲਈ SDM ਮੈਡਮ ਕਤਿਆਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਪ੍ਰਿੰਸੀਪਲ ਨੇ ਦੱਸਿਆ ਕਿ ਫਰੈਸ਼ਰ ਪਾਰਟੀ ਕਰਨ ਦਾ ਮਕਸਦ ਸਿਰਫ ਇਹੀ ਹੈ ਕਿ ਸੀਨੀਅਰ ਸਟੂਡੈਂਟ ਅਤੇ ਸੀਨੀਅਰ ਸਟੂਡੈਂਟਸ ਆਪਣੇ ਜੂਨੀਅਰ ਸਟੂਡੈਂਟਸ ਦਾ ਵੈਲਕਮ ਕਰਦੇ ਨੇ, ਜਿਸ ਨਾਲ ਉਹਨਾਂ ਵਿੱਚ ਇੱਕ ਪਿਆਰ ਦਾ ਮਾਹੌਲ ਬਣਿਆ ਰਹਿੰਦਾ ਹੈ। ਵੈਰੀ ਗੁੱਡ ਆਫਟਰਨੂਨ। ਅਸੀਂ ਅੱਜ KIMT 'ਚ ਫਰੈਸ਼ਰਸ ਪਾਰਟੀ ਔਰਗਨਾਈਜ਼ ਕੀਤੀ ਹੈ। ਇਹ ਈਵੈਂਟ ਸਾਡਾ ਕੱਲ੍ਹ ਦਾ ਹੀ ਸ਼ੁਰੂ ਹੋ ਗਿਆ ਹੈ, ਜਿਹਦੇ ਵਿੱਚ ਅਸੀਂ ਕਾਫੀ ਸਾਰੇ ਔਫ ਸਟੇਜ ਈਵੈਂਟਸ ਵੀ ਕੱਲ੍ਹ ਔਰਗਨਾਈਜ਼ ਕੀਤੇ, ਜਿੱਦਾਂ ਕਿ ਪੋਟ ਡੈਕੋਰੇਸ਼ਨ, ਮਹਿੰਦੀ, ਰੰਗੋਲੀ, ਹੋਰ ਵੀ ਬਹੁਤ ਸਾਰੇ ਨੇਲ ਆਰਟ, ਹੇਅਰ ਸਟਾਈਲਿੰਗ। ਅਤੇ ਕੱਲ੍ਹ ਤੋਂ ਹੀ ਅਸੀਂ ਜੋ ਹੈ ਫਰੈਸ਼ਰਸ ਪਾਰਟੀ ਨੂੰ ਬੜੀ ਜ਼ੀਲ ਦੇ ਨਾਲ ਸਟੂਡੈਂਟਸ ਪਾਰਟੀਸਿਪੇਟ ਕਰਕੇ ਸੈਲੀਬ੍ਰੇਟ ਕਰ ਰਹੇ ਨੇ। ਅੱਜ ਦਾ ਜੋ ਫੰਕਸ਼ਨ ਹੈ, ਅੱਜ ਅਸੀਂ ਸਾਰੇ ਔਨ ਸਟੇਜ ਈਵੈਂਟਸ ਔਰਗਨਾਈਜ਼ ਕਰ ਰਹੇ ਹਾਂ, ਜਿਹਦੇ ਵਿੱਚ ਕਿ ਸਟੂਡੈਂਟਸ ਡਿਫਰੈਂਟ ਈਵੈਂਟਸ ਜਿੱਦਾਂ ਸੋਲੋ ਸੌਂਗ, ਸੋਲੋ ਡਾਂਸ, ਡਿਊਟ ਡਾਂਸ, ਮਾਡਲਿੰਗ, ਜੋ ਕਿ ਅੱਜ ਦਾ ਅਟਰੈਕਸ਼ਨ ਹੈ, ਉਹਦੇ 'ਚ ਪਾਰਟੀਸਿਪੇਟ ਕਰਨਗੇ। ਅੱਜ ਦੇ ਫੰਕਸ਼ਨ 'ਤੇ ਜੋ ਸਾਡੇ ਚੀਫ ਗੈਸਟ ਨੇ, ਜੋ ਬੱਚਿਆਂ ਨੂੰ ਪ੍ਰੋਤਸਾਹਨ ਦੇਣ ਆਏ ਨੇ, ਉਹਨੇ ADC ਡਾਕਟਰ ਮਿਸਿਸ ਨੀਰੂ ਕਟਿਆਲ ਜਗਰਾਓ ਦੇ ਨੇ ਮੈਮ, ਔਰ ਉਹਨਾਂ ਨੇ ਅੱਜ ਆਪਣੀ ਪ੍ਰੈਜੈਂਸ ਦੇ ਕੇ, ਜਦਕਿ ਇਲੈਕਸ਼ਨਸ ਨੇ ਕਾਫੀ ਉਹ ਬਿਜ਼ੀ ਨੇ, ਫਿਰ ਵੀ ਉਹ ਸਾਡੇ ਬੱਚਿਆਂ ਨੂੰ ਇਨਕਰੇਜ ਕਰਨ ਅੱਜ ਆਏ, ਔਰ ਉਹਨਾਂ ਨੇ ਬੱਚਿਆਂ ਨੂੰ ਆਪਣੇ ਇਨਕਰੇਜਿੰਗ ਵਰਡਸ ਦੇ ਨਾਲ ਵੀ ਮੋਟੀਵੇਟ ਕੀਤਾ। ਔਰ ਅੱਜ ਦਾ ਈਵੈਂਟ ਇੱਕ ਦਰਸਾਉਂਦਾ ਹੈ ਕਿ ਜਿਹਦੇ ਵਿੱਚ ਸੀਨੀਅਰ ਸਟੂਡੈਂਟਸ ਆਪਣੇ ਜੂਨੀਅਰ ਸਟੂਡੈਂਟਸ ਨੂੰ ਵੈਲਕਮ ਕਰ ਰਹੇ ਨੇ, ਤਾਂ ਕਿ ਦੋਨਾਂ ਦੀ ਰਿਲੇਸ਼ਨਸ਼ਿਪ ਅੱਗੇ ਅੱਛੀ ਬਣੀ ਰਹੇ, ਹਾਰਮੋਨੀਅਸ ਰਿਲੇਸ਼ਨਸ਼ਿਪ ਹੋਏਗੀ, ਲਰਨਿੰਗ ਇਨਵਾਇਰਮੈਂਟ ਹੋਏਗਾ, ਅਤੇ ਕਾਲਜ ਦਾ ਇੱਕ ਇਨਵਾਇਰਮੈਂਟ ਬੜਾ ਹੈਲਦੀ ਹੋਏਗਾ, ਔਰ ਕਾਲਜ ਗਰੋ ਕਰੇਗਾ, ਓਵਰਆਲ ਡਿਵਲਪਮੈਂਟ ਹੋਏਗੀ ਸਟੂਡੈਂਟਸ ਦੀ ਵੀ, ਅਤੇ ਸਾਡੀ ਫੈਕਲਟੀ ਵੀ ਅੱਜ ਬੜੇ ਓਪਨ ਹਾਰਟ ਨਾਲ ਨਵੇਂ ਸਟੂਡੈਂਟਸ ਨੂੰ ਜੋ ਹੈ ਵੈਲਕਮ ਕਰ ਰਹੀ ਹੈ, ਤਾਂ ਕਿ ਉਹਨਾਂ ਨੂੰ ਫੈਕਲਟੀ ਵੀ ਅਸ਼ੋਰੈਂਸ ਦੇ ਰਹੀ ਹੈ, ਅਸੀਂ ਅਸ਼ੋਰੈਂਸ ਦੇ ਰਹੇ ਹਾਂ ਕਿ ਬੱਚਿਆਂ ਨੂੰ ਪੂਰੀ ਓਪਰਚੁਨਿਟੀ ਦਾਂਗੇ, ਸਾਰੀ ਫੈਸਿਲਿਟੀਜ਼ ਪ੍ਰੋਵਾਈਡ ਕਰਾਂਗੇ, ਜਿਹਦੇ ਨਾਲ ਉਹ ਆਪਣੇ ਆਪ ਨੂੰ ਗਰੋ ਕਰਕੇ ਇੱਕ ਵਰਲਡ ਨੂੰ ਫੇਸ ਕਰ ਸਕਣ, ਔਰ ਆਪਣਾ ਜੋ ਹੈ ਕਰੀਅਰ ਸਕਸੈਸਫੁਲੀ ਬਣਾ ਸਕਣ। ਲੁਧਿਆਣਾ ਤੋਂ ਅਜੇ ਪਾਹਵਾ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।